hello everyone so welcome to milestone online study and we are back again with a new live session so my name is simran te ajj apan dobara leke aagaye haa tode layi ek live session jide vich apan ek hor reading passage karange i hope yeah the pdf tonu sade telegram channel te available ho gaya huga te main eh vi hope karda haan ki tusi sare jonne ne is passage nu apna tan man sara kosh laga ke haan solve kita huga so apan hun वन बाय वन सॉल्व इस इसके क्वेश्चन से जोड़े भी थोड़े डाउट्स हो तुम कमेंट करके पूछ विल डेफिनेटली कंसीडर है ओके तो हाई हेल्पिंदर हाई हेलो यूनाइटेड स्टूडेंट वेरी गुड इवनिंग यूनाइटेड स्टूडेंट आई एम फाइन हाउ अबाउट यू वेरी गुड ईवनिंग सुरेंदर वेरी गुड ईवनिंग गुरजीत वेरी गुड ईवनिंग सिमर वेरी गुड इवनिंग जी वेरी गुड इवनिंग सो विल वेट फॉर वन आर टू मिनट्स मोर टू लैट स्टूडेंट्स कम ओके ਤੋ ਓਨਨੇ ਦੱਸੋ ਤੁਸੀਂ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਰਾਈਟਿੰਗ ਜੀ ਆਪਾਂ ਨਹੀਂ ਕਰ ਸਕਦੇ ਹਨ ਆ ਪੱਜ ਟੈਲੀਗ੍ਰਾਮ ਚ ਪਾਇਆ ਸੀਗਾ ਵੀ ਰੀਡਿੰਗ ਦੀ ਕਲਾਸ ਹੀ ਲੱਗੇਗੀ ਆਪਣੀ ਕਿਉਂਕਿ ਰਾਈਟਿੰਗ ਹਨਾ ਆਪਾਂ ਜਿਸ ਤਰੀਕੇ ਨਾਲ ਹਨਾ ਸਮਝਾਇਆ ਜਾਂਦਾ ਹੁੰਦਾ ਸਾਰਾ ਕੁਝ ਰਾਈਟਿੰਗ ਦਾ ਲਿਖ ਵਗੈਰਾ ਹਨਾ ਉਸ ਤਰ੍ਹਾਂ ਦਾ ਅਪਰੇਟਸ ਫਿਲਹਾਲ ਇੰਸਟੀਚੂਟ ਕੋਲ ਨਹੀਂ ਹੈਗਾ ਪਰ ਸੂਨ ਉਹ ਆਪਾਂ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਰੀਡਿੰਗ ਦੀ ਕਲਾਸਿਸ ਲਗਾਇਆ ਕਰਾਂਗੇ ਪਰਸਨ ਜਟਾਣਾ ਹੈਲੋ ਜੀ ਹੈਲੋ ਓਕੇ ਓਕੇ ਸੁਰਿੰਦਰ No issue ਹਾਂਜੀ ਠੰਡ ਹੋ ਗਈ ਹੈ ਜ਼ਿਆਦਾ ਪਰ ਕਹਤ ਹੁੰਦੇ ਹਨ ਮੀਤੋ ਬਾਦ ਠੰਡ ਘਟ ਜੇਗੀ ਸੋ ਹੋਪ ਫॉर द बेस्ट ਹੈਲੋ ਜੀ ਹੈਲੋ 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 ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ओके सजेशंस ਆਏ ਆ ਵੀ ਤੁਸੀਂ ਸਾਈਮਨ ਅਲ ਸਾਈਮਨ ਦੀਆਂ ਵੀਡੀਓਜ਼ ਦੇਖ ਸਕਦੇ ਹੋ ਰਾਈਟਿੰਗ ਦੀ ਹੈਲਪ ਲੈਣ ਲਈ ਗ੍ਰੇਟ ਤੁਸੀਂ ਇੱਕ ਦੂਜੇ ਦੀ ਇਸ ਤਰ੍ਹਾਂ ਵੀ ਹੈਲਪ ਕਰੋ ਹਨਾ ਤੁਹਾਨੂੰ ਵੀ ਫਾਇਦਾ ਹੋਏਗਾ ਦੂਸਰਿਆਂ ਨੂੰ ਵੀ ਫਾਇਦਾ ਹੋਏਗਾ ਤੋ ਯਾ ਇਸ ਸਿਮਰ ਇਹ ਵਾਲੀ ਰੀਡਿੰਗ ਵੀ ਮੱਕੜ ਪਬਲਿਸ਼ਰ ਦੀ ਹੈ ਸੋ ਹੁਣ ਆਪਾਂ ਸਟਾਰਟ ਕਰਦੇ ਆ ਪੈਸੇਜ ਜਿਹਦਾ ਨੇਮ ਹੈਗਾ ਆਪਣਾ ਮਿਮਿਕ ਯਰ ਨੇਬਰ ਮਿਮਿਕ ਦਾ मीनिंग ਹੁੰਦਾ ਕਾਪੀ ਕਰਨਾ ਨੇਬਰ ਆਪਾਂ ਨੂੰ ਪਤਾ ਹੀ ਹੈ ਹਨਾ ਆਪਣੇ ਨੇਬਰਸ ਨੂੰ ਕਾਪੀ ਕਰਨਾ ਇਦੇ ਬਾਰੇ ਆਪਣਾ ਸਾਰਾ ਪੈਸੇਜ ਹੈ ਹੁਣ ਇੱਥੇ ਨੇਬਰਸ ਕੌਣ ਨੇ ਉਹ ਆਪਾਂ ਨੂੰ ਪੈਸੇਜ ਪੜ੍ਹ ਕੇ ਹੀ ਪਤਾ ਲੱਗੇਗਾ ਠੀਕ ਹੈ ਜੀ ਸੋ ਹੁਣ ਆਪਾਂ 1 ਬਾਈ 1 ਦੇਖਦੇ ਆਂ ਵੀ ਟਾਈਪਸ ਆਫ ਕੁਐਸਚਨਸ ਕਿਹੜੇ ਕਿਹੜੇ ਨੇ ਇਸ ਪੈਸੇਜ ਦੇ ਸੋ ਫਰਸਟ ਟਾਈਪ ਇਜ਼ ਵਿਚ ਪੈਰਾਗ੍ਰਾਫ ਕੰਟੇਨਸ ਦ ਫੋਲੋਇੰਗ ਇਨਫੋਰਮੇਸ਼ਨ ਸੈਕੰਡ ਟਾਈਪ ਇਜ਼ ਟ्रू ਫਾਲਸ ਨਾਟ 기ਵਨ ਐਂਡ ਥਰਡ ਟਾਈਪ ਇਜ਼ ਮਲਟੀਪਲ ਚੋਇਸ ਕੁਐਸਚਨਸ ਠੀਕ ਹੈ ਜੀ ਹੁਣ 1 ਬਾਈ 1 ਆਪਾਂ ਕੁਐਸਚਨਸ ਪੜ੍ਹਦੇ ਆਂ ओके सुरेंद्र फीवर 20 18 ओके ਜੇ ਜ਼ਿਆਦਾ ਡਿਫਿਕਲਟੀ ਤਾਂ ਮੰਨ ਸਕਦੇ ਹਾਂ ਪਰ ਫਿਰ ਵੀ ਥੋੜੇ ਜ਼ਿਆਦਾ ਐਕਸਪੈਕਟਿਡ ਸੀਗੇ ਪਰ ਨੋ ਇਸ਼ੂ ਤੁਸੀਂ ਬਾਕੀ ਵਧੀਆ ਕਰਦੇ ਰਹੋ ਇੱਕ ਨਾਲ ਡੀਮੋਟੀਵੇਟ ਨਹੀਂ ਹੋਣਾ ਗੁਰਜੀਤ ਸਿੰਘ ਇਸ ਆਸਕਿੰਗ ਮਲਟੀਨੇਸ਼ਨਲ ਕੰਪਨੀ ਕੀ ਹੁੰਦੀ ਹੈ ਸਰ ਮਲਟੀਨੇਸ਼ਨਲ ਕੰਪਨੀ ਜੀ ਉਹ ਹੁੰਦੀ ਹੈ ਜਿਹੜੀ ਕੰਪਨੀ ਦੀਆਂ ਬ੍ਰਾਂਚੇਸ 올 ਓਵਰ ਦਾ ਵਰਲਡ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਵਿੱਚ ਪ੍ਰੈਜ਼ੈਂਟ ਹੋਣਾ ਹਨਾ ਉਸ ਕੰਪਨੀ ਨੂੰ ਆਪਾਂ ਮਲਟੀਨੇਸ਼ਨਲ ਕੰਪਨੀ ਕਹਿੰਦੇ ਆਂ ਤੋਂ ਹੁਣ ਆਪਾਂ ਵਿੱਚ ਪੈਰਾਗ੍ਰਾਫ ਕੰਟੇਨ ਪੜ੍ਹਦੇ ਆ ਫਸਟ 28th ਕੁਐਸਚਨ ਦੇਖੋ ਕ੍ਰਿਟਿਸਿਜ਼ਮ ਅਗੇਂਸਟ ਫਲਾਈਟ ਹਾਈਟ ਥਿਊਰੀ ਆਫ ਬਟਰਫਲਾਈ ਕ੍ਰਿਟਿਸਿਜ਼ਮ ਮਤਲਬ ਕ੍ਰਿਟੀਸਾਈਜ਼ ਕਰਨਾ ਹਨਾ ਉਹ ਕ੍ਰਿਟੀਸਾਈਜ਼ ਕੀ ਦੇ ਬਾਰੇ ਹੋ ਰਿਹਾ ਸੀਗਾ ਫਲਾਈਟ ਹਾਈਟ ਥਿਊਰੀ ਬਾਰੇ ਹੋ ਰਿਹਾ ਸੀ ਬਟਰਫਲਾਈ ਦੀ ਤਾਂ ਉਹ ਕ੍ਰਿਟਿਸਿਜ਼ਮ ਦੱਸਣਾ ਆਪਾਂ ਕਿਹੜੇ ਪੈਰਾਗ੍ਰਾਫ 'ਚ ਹੈ ਠੀਕ ਹੈ ਜੀ ਗੁੱਡ ਈਵਨਿੰਗ ਭੁਪਿੰਦਰ ਪਰਸਨ ਇਸ ਸੇਇੰਗ ਕੈਮਬ੍ਰਿਜ ਰੀਡਿੰਗ ਸੀ ਬਟ 30 ਅਗੇ great person very good keep it up 29 देखो एक्सप्लेनड व्हाई बेकेलोनी कैरड आउट रिसर्च इन इक्वाडोर मतलब किसे पैराग्राफ च ए एक्सप्लेनेशन ਦਿੱਤੀ ਹੋਈ ਗਈ ਹੋਊਗੀ ਵੀ ਜਿਹੜਾ ਬੈਸਲੋਨੀ ਸੀਗਾ ਉਹਨੇ ਆਪਣੀ ਰਿਸਰਚ ਇਕਵਾਡੋਰ ਦੇ ਵਿੱਚ ਕਿਉਂ ਕੈਰੀ ਆਊਟ ਕੀਤੀ ਕਿਉਂ ਕੀਤੀ ਹਨਾ ਤਾਂ ਇਹ ਆਪਣਾ 29th ਕੁਐਸਚਨ ਹੈ यस वी कैन से दैट एमएनसी कंपनी इज दी एग्जांपल्स ਟੋਮਿਨੋਸ ਕਹਿ ਸਕਦੇ ਆ ਪਾਮ ਬਰ जी मैकडोनल्डस कह सद सी ये सारे मल्टीनैशनल कंपनीज़ ने एप्पल होगी राइट गूगल होगी यार मल्टनैशनल कंपनीज ने इन्होंने एग्जाम्पल्स नैफर कर सद थर्टीएथ क्वेश्चन देखो डिफरेंट मेमिकरी रिंग फ्लाइज एट डिफरेंट हाइट मतलब अलग अलग मेमिक्री रिंगज होंगे जीडिया अलग अलग हाइट्स से फ्लाई करें यना थर्ट क्वेश्चन है ये पैराग्राफन है, है आप पैराग्राफ आंसर ला दें ठीक है जी थी फर्स्ट क्वेश्चन देखो द मैथड ऑफ कैचिंग बटरफ्लाई बाय पैसलोनी ओके okay, बेसलोनी द्वारा केडा मैथड यूज किया गया बटरफ्लाइज़ न कैच करने अपना फस्ट क्वेश्चन है क्वेश्चन देखो नॉट ऑल मिमिक्री पैटर्नस आर टॉक्सिक इंफॉर्मेशन सेंट आउट फ्रॉम इंसेक्ट्स ਹਰੇਕ ਮਿਮਿਕਰੀ ਪੈਟਰਨ ਟੌਕਸਿਕ ਨਹੀਂ ਹੁੰਦਾ ਪੌਇਜ਼ਨਸ ਨਹੀਂ ਹੁੰਦਾ ਜਿਹੜਾ ਕਿ ਇਨਸੈਕਟ ਦੁਆਰਾ ਸੈਂਡ ਕੀਤਾ ਜਾਂਦਾ ਠੀਕ ਹੈ ਜੀ ਮਤਲਬ ਜਿਦੇ ਵੇ ਜਿਹੜੇ ਪੈਰਾਗ੍ਰਾਫ ਚ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਸਾਰੇ ਮਿਮਿਕਰੀ ਪੈਟਰਨਸ ਟੌਕਸਿਕ ਨਹੀਂ ਹੁੰਦੇ ਪੌਇਜ਼ਨਸ ਨਹੀਂ ਹੁੰਦੇ ਉਹ ਪੈਰਾਗ੍ਰਾਫ ਆਪਾਂ 32 ਸੈਕਿੰਡ ਕੁਐਸਚਨ ਦਾ ਆਨਸਰ ਲਗਾ ਦਾਂਗੇ ਕਲੀਅਰ ਹੁਣ ਆਪਾਂ ਟ੍ਰੂ ਫਾਲਸ ਤੇ ਜੰਪ ਕਰਦੇ ਹਾਂ 33rd ਕੁਐਸਚਨ ਦੇਖੋ 올 ਬਟਰਫਲਾਈਸ ਹੁਣ ਇੱਥੇ ਕੁਆਂਟੀਫਾਇਰ ਹੈ ਇਹਦੇ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਨਸਰ ਲਾਉਣਾ ਹੈ ਆਲ ਬਟਰਫਲਾਈਜ਼ ਕਲਰ ਆਫ ਵਿੰਗ ਰਿਫਲੈਕਟ ਦਾ ਸੈਂਸ ਆਫ ਵਾਰਨਿੰਗ ਟੂ ਅਦਰ ਪ੍ਰੀਡੇਟਰ ਮਤਲਬ ਜਿਹੜੇ ਬਟਰਫਲਾਈਜ਼ ਦੇ ਵਿੰਗਸ ਤੇ ਕਲਰ ਹੁੰਦੇ ਨੇ ਉਹਦੇ ਨਾਲ ਪ੍ਰੀਡੇਟਰਸ ਨੂੰ ਵਾਰਨਿੰਗ ਮਿਲਦੀ ਹੈ ਪ੍ਰੀਡੇਟਰਸ ਮਤਲਬ ਜਿਹੜੇ ਸ਼ਿਕਾਰੀ ਹੁੰਦੇ ਨੇ ਉਹਨਾਂ ਨੂੰ ਵਾਰਨਿੰਗ ਮਿਲਦੀ ਹੈ ਉਹਨਾਂ ਕਲਰਸ ਨਾਲ ਸਾਰੇ ਬਟਰਫਲਾਈਜ਼ ਨਾਲ ਠੀਕ ਹੈ ਜੀ ਸਾਰੇ ਬਟਰਫਲਾਈਜ਼ ਕਰਦੇ ਆ ਓਕੇ ਗੁਰਜੀਤ ਇਸ ਸੇਇੰਗ ਐਮਐਨਸੀ ਇਸ ਦੇ ਕੀ ਡਰਾਬੈਕਸ ਹੁੰਦੇ ਨੇ MNC आपा? आपा आ, MNCs ਦੇ ਜੇ ਆਪਾਂ ਡਰਾਬੈਕਸ ਕਹਿ ਸਕਦੇ ਵੀ ਇੱਕ ਤਾਂ ਜਿਹੜੀ ਲੋਕਲ ਮਾਰਕੀਟਸ ਜਾਂ ਸਮਾਲ ਬਿਜ਼ਨੈਸਸ ਹੁੰਦੇ ਆ ਉਹਨਾਂ ਦੀ ਸਕੋਪ ਖਤਮ ਹੋ ਜਾਂਦੀ ਹੈ ਏ ਡਰਾਪ ਇੱਕ ਕਹਿ ਸਕਦੇ ਆਪਾਂ ਸੈਕਿੰਡ ਆਪਾਂ ਕਹਿ ਸਕਦੇ ਆ ਵੀ MNCs ਬਣਾਉਣ ਲਈ ਜਿਆਦਾ ਲੈਂਡ ਕਲੀਅਰ ਕਰਨੀ ਪੈਂਦੀ ਹੈ ਰਾਈਟ ਜਿਆਦਾ ਮਤਲਬ ਪੋਲੂਸ਼ਨ ਵਗੈਰਾ ਜਿਆਦਾ ਕ੍ਰੀਏਟ ਹੋ ਸਕਦਾ ਇੱਕ ਏ ਪੁਆਇੰਟ ਆਪਾਂ ਲਿਖ ਸਕਦੇ ਆ ਡਰਾਬੈਕਸ ਦੇ ਵਿੱਚ MNC ਦੇ ਤੇ ਹੋਰ ਆਪਾਂ ਕਹਿ ਸਕਦੇ ਆ ਵੀ ਜਿਹੜੇ ਐਮ ਐਨ ਸੀਜ਼ ਦੇ ਪ੍ਰੋਡਕਟਸ ਹੁੰਦੇ ਨੇ ਉਹ ਜ਼ਿਆਦਾ ਐਕਸਪੈਂਸਿਵ ਹੁੰਦੇ ਨੇ ਐਜ਼ ਕੰਪੇਅਰ ਟੂ ਲੋਕਲ ਬਿਜ਼ਨੈਸੈਸ অর ਸਮਾਲ ਬਿਜ਼ਨੈਸੈਸ ਇੱਕ ਐਡਰਾਬੈਕ ਆਪਾਂ ਲਿਖ ਸਕਦੇ ਹਾਂ ਰਾਈਟ ਸੋ ਐਮ ਐਨ ਸੀ ਦਾ ਹੋਰ ਡਰਾਬੈਕ ਬਸ ਇਹ ਸਾਰੇ ਕੁਝ ਮੇਨ ਮੇਨ ਡਰਾਬੈਕਸ ਆ ਸਕਦੇ ਜੀ ਤੁਹਾਡੇ ਕੋਈ ਧਿਆਨ ਦੇ ਵਿੱਚ ਨੇ ਤੁਸੀਂ ਕਮੈਂਟ ਦੇ ਵਿੱਚ ਹੈਲਪ ਕਰ ਸਕਦੇ ਹੋ ਗੁਰਜੀਤ ਜੀ एवरीवन ਸੋ 34th ਕੁਐਸਚਨ ਦੇਖੋ ਇਨਸੈਕਟਸ ਮੀ ਇਮਿਟੇਟ ਬਟਰਫਲਾਈਜ਼ ਵਿੰਗ ਪੈਟਰਨ ਐਜ਼ ਵੈਲ ਮਤਲਬ ਜਿਹੜੇ ਇਨਸੈਕਟਸ ਨੇ ਉਹ ਬਟਰਫਲਾਈਜ਼ ਦੇ ਵਿੰਗ ਪੈਟਰਨ ਨੂੰ ਕਾਪੀ ਕਰ ਸਕਦੇ ਨੇ ਠੀਕ ਹੈ ਜੀ ਤਾਂ ਇਹ ਆਪਣਾ 34th ਕੁਐਸਚਨ ਹੈ 35th ਕੁਐਸਚਨ ਦੇਖੋ ফ্লাইਿੰਗ ਆਲਟੀਟਿਊਡ ਆਫ ਬਟਰਫਲਾਈ ਇਜ਼ ਡਿਟਰਮਾਈਨਡ ਬਾਈ देयर ਫੂਡ ਮਤਲਬ ਜਿਹੜਾ ਫਲਾਈ ਆਲਟੀਟਿਊਡ ਹੁੰਦਾ ਬਟਰਫਲਾਈ ਦਾ ਆਲਟੀਟਿਊਡ ਮਤਲਬ ਹਾਈਟ ਉਹ ਫੂਡ ਦੇ ਨਾਲ ਡਿਪੈਂਡ ਕਰਦਾ ਹੈ ਮਤਲਬ ਕੀ ਫੂਡ ਹੈ ਉਹਨਾਂ ਦਾ ਉਹ ਫੂਡ ਦੇ ਨਾਲ ਡਿਪੈਂਡ ਹੋਊਗਾ ਵੀ ਇੱਕ ਬਟਰਫਲਾਈ ਕਿੰਨਾ ਕੁ ਉੱਚਾ ਫਲਾਈ ਕਰ ਰਹੀ ਹੈ ਕਿੰਨਾ ਕੁ ਨੀਚੇ ਫਲਾਈ ਕਰ ਰਹੀ ਹੈ ਠੀਕ ਹੈ ਜੀ ਤਾਂ ਇਹ ਆਪਣਾ 35th ਕੁਐਸਚਨ ਹੈ 36th ਕੁਐਸਚਨ ਦੇਖੋ ਬੈਸਲੋਨੀ ਐਗਰੀਡ ਵਿਦ ਫਲਾਈਟ ਹਾਈਟ ਹਾਈਪੋਥੈਸਿਸ ਐਂਡ ਡਿਸਾਈਡ ਟੂ ਰੀਐਸ਼ੋਰ ਅਟਸ ਵੈਲਿਡਿਟੀ ਮਤਲਬ ਰੀਐਸ਼ੋਰ ਅਟਸ ਵੈਲਿਡਿਟੀ ਟੈਸਟ ਕਰਨ ਤੋਂ ਪਹਿਲਾਂ ਦੀ ਗੱਲ ਕਰ ਰਹੇ ਆ ਨਾ ਇਹ ਮਤਲਬ ਟੈਸਟ ਕਰਨ ਤੋਂ ਪਹਿਲਾਂ ਜਿਹੜਾ ਫਲਾਈਟ ਹਾਈਟ ਹਾਈਪੋਥੈਸੀ ਉਹਦੇ ਨਾਲ ਜਿਹੜਾ ਬੈਸਲੋਨੀ ਸੀਗਾ ਉਹ ਐਗਰੀ ਕਰ ਰਿਹਾ ਸੀ ਜੋ ਐਗਰੀ ਕਰਨ ਤੋਂ ਬਾਅਦ ਉਹਨੇ ਡਿਸਾਈਡ ਕੀਤਾ ਵੀ ਉਹ ਟੈਸਟ ਕਰੂਗਾ ਉਹਦੀ ਵੈਲਿਡਿਟੀ ਨੂੰ ਰੀਐਸ਼ੂਰ ਕਰੂਗਾ ਉਹਦੀ ਵੈਲਿਡਿਟੀ ਨੂੰ ਠੀਕ ਹੈ ਜੀ ਤਾਂ ਇਹ ਆਪਣਾ 36 ਕੁਐਸਚਨ ਹੈ 37th ਕੁਐਸਚਨ ਦੇਖੋ ਜੈਟੂਨ ਸਾਚਾ ਹੈਜ਼ ਦਾ ਰਿਚੇਸਟ ਡਾਈਵਰਸਿਟੀ ਆਫ ਬਰੀਡਸ ਇਨ ਦਾ ਵਰਲਡ ਜਿਹੜਾ ਜੈਟੂਨ ਸਾਚਾਗਾ ਉਹਦੇ ਕੋਲ ਰਿਚੇਸਟ ਡਾਈਵਰਸਿਟੀ ਹੈ ਬਰੀਡਸ ਦੀ ਮਤਲਬ ਬਹੁਤ ਜ਼ਿਆਦਾ ਰੇਂਜ ਆਫ ਬਰੀਡਸ ਅਵੇਲੇਬਲ ਨੇ ਦੁਨੀਆ ਦੇ ਵਿੱਚ ਠੀਕ ਹੈ ਜੀ ਚੋ 38th ਕੁਐਸਚਨ ਦੇਖੋ ਬੈਸਲੋਨੀ ਹੈਜ਼ ਮੋਰ ਡਿਟੇਲਡ ਰਿਕਾਰਡਸ ਔਨ ਦਾ ਲੋਕੇਸ਼ਨ ਆਫ ਬਟਰਫਲਾਈ ਕਲੈਕਸ਼ਨ ਦੈ ओके नो पर्सन इज आस्किंग दैट फैशनेबल क्लोथ्स वेयर ਕਰਨਦੇ ਕੀ ப்ரோஸ் ਐਂਡ கான்ஸ் ਨੀ ப்ரோஸ் ਦਾ ਇਹੀ ਨੇ ਜੀ ਫੈਸ਼ਨੇਬਲ ਕਲੋਥ ਜੇ ਆਪਾਂ ਵੇਅਰ ਕਰਦੇ ਆ ਤਾਂ ਆਪਾਂ ਟ੍ਰੈਂਡ ਦੇ ਨਾਲ ਚੱਲਦੇ ਆ ਆਪਾਂ ਨੂੰ ਟਾਈਮ ਦੇ ਨਾਲ ਚੱਲਣਾ ਪੈਂਦਾ ਜਿਹਦੇ ਨਾਲ ਕੀ ਆਪਾਂ ਆਹ ਕੰਫੀਡੈਂਸ ਆਪਣਾ ਬੂਸਟ ਕਰ ਸਕਦੇ ਆ ਜੇ ਆਪਾਂ ਅ ਫੈਸ਼ਨੇਬਲ ਕਲੋਥਸ ਵੇਅਰ ਕੀਤੀਆਂ ਹੋਣਗੀਆਂ ਹਨਾ ਤਾਂ ਉਹਦੇ ਨਾਲ ਆਪਣੇ ਦੇ ਵਿੱਚ ਪੈਸ਼ਨ ਹੁੰਦਾ ਸੌਰੀ ਫੈਸ਼ਨ ਨਹੀਂ ਹੁੰਦਾ ਸੌਰੀ ਕੰਫੀਡੈਂਸ ਬਿਲਡ ਹੁੰਦਾ ਆਪਣੇ ਅੰਦਰ ਠੀਕ ਹੈ ਜੀ ਫੈਸ਼ਨੇਬਲ ਕਲੋਥ ਦੇ ਪ੍ਰੋਸ ਹੋਰ ਕੀ ਹੋ ਸਕਦੇ ਆ ਅਮ 2 ਸੈਕਿੰਡ ਫੈਸ਼ਨੇਬਲ ਕਲੋਥ ਫੈਸ਼ਨੇਬਲ ਕਲੋਥ ਦਾ ਇੱਕ ਇਹੀ ਪੋਜ਼ਿਟਿਵ ਹੈ ਵੀ ਉਹ ਫੈਸ਼ਨੇਬਲ ਹੁੰਦੇ ਨੇ ਠੀਕ ਹੈ ਜੀ ਮਤਲਬ ਉਹ 컬러ਫੁਲ ਹੁੰਦੇ ਨੇ ਜਿਹੜਾ ਟ੍ਰੈਂਡ ਚੱਲ ਰਿਹਾ ਹੁੰਦਾ ਉਸ ਦੇ ਅਕੋਰਡਿੰਗ ਜੇ ਆਪਾਂ ਫੈਸ਼ਨ ਵੇਅਰ ਕਰਦੇ ਤਾਂ ਲੋਕ ਆਪਣੀ ਪਰਸਨੈਲਿਟੀ ਨੂੰ ਉਹ ਕਰਦੇ ਨੇ ਕੀ ਕਰਦੇ ਨੇ ਪਲਾਂਟ ਕਰ ਸਕਦੇ ਆਪਣੀ ਪਰਸਨੈਲਿਟੀ ਹੁਣ Uh, ज़्यादा उभर के आ सकते हैं सोसायटी के पॉजिटिव हो सकता है कॉन्स की हो सकते हैं फैशनेबल कलोथ फस्ट ऑफ ऑल तो फैशनेबल कलोथ एक्सपेंसिव होंगे राइट ये एक नैगेटिव है हाँ जी भुपिंदर पॉजिटिव एक ये भी आ सदा भी ट्रेंड अपडेट होंगे रहा ओके okay. तो फैशनेबल क्लोथ का होर की कौनस है ਇਹੀ ਕਹਿ ਸਕਦੇ ਆਪਾਂ ਵੀ ਉਹ ਐਕਸਪੈਂਸਿਵ ਹੁੰਦੇ ਤਾਂ ਕਰਕੇ ਜਿਹੜੀ ਲੋਅਰ ਕਲਾਸ ਹੁੰਦੀ ਹੈ ਉਹ ਇਹਨਾਂ ਨੂੰ ਅਫੋਰਡ ਨਹੀਂ ਕਰ ਸਕਦੀ ਜਿੰਨਾ ਕਰਕੇ ਡਿਸਕ੍ਰਿਮੀਨੇਸ਼ਨ ਪੈਦਾ ਹੁੰਦਾ ਸੋਸਾਇਟੀ ਦੇ ਵਿੱਚ ਇੱਕ ਏ ਪੁਆਇੰਟ ਲਿਖ ਸਕਦੇ ਆਪਾਂ ਪੁਆਇੰਟ ਸੇ ਫੋਰ ਫੈਸ਼ਨੇਬਲ ਕਲੋਥ ਦੇ ਕੀ ਨੈਗੇਟਿਵਜ਼ ਆ ਸਕਦੇ ਹੈ ਅਕੋਰਡਿੰਗ ਟੂ ਮੀ ਫੈਸ਼ਨੇਬਲ ਕਲੋਥਸ ਆਰ ਹਾਂ ਇੱਕ ਏ ਇਟਿਜ਼ ਲਿਖ ਸਕਦੇ ਆ ਵੀ ਫੈਸ਼ਨੇਬਲ ਕਲੋਥ ਜੇ ਆਪਾਂ ਵੇਅਰ ਕਰਦੇ ਰਹਿੰਦੇ ਆ ਤਾਂ ਉਹਦੇ ਨਾਲ ਕੀ ਹੈ ਅਪਰ ਟ੍ਰੈਡੀਸ਼ਨਲ ਕਲੋਥਸ ਨੂੰ ਨੈਗਲੈਕਟ ਕਰਨ ਲੱਗ ਜੰਨੇ ਆ ਤਾਂ एवी ਕਾਪਾਂ ਪੁਆਇੰਟ ਲਿਖ ਸਕਦੇ ਹਾਂ ਹਾਂਜੀ ਵੈਰੀ ਗੁੱਡ ਸੁਰਿੰਦਰ ਟ੍ਰੈਡੀਸ਼ਨਲ ਕਲਚਰਲ ਲਾਸਟ ਹੋਏ ਹਨ ਜਸਟ ਇਹੀ ਮੈਂ ਬੋਲ ਕੇ ਹਟਿਆ ਸੀ ਇੱਕ ए 네ਗੇਟਿਵ ਪੁਆਇੰਟ ਲਿਖ ਸਕਦੇ ਹਾਂ ਫੈਸ਼ਨੇਬਲ ਕਲੋਥ ਠੀਕ ਹੈ ਜੀ ਸੋ ਹੁਣ 38th ਕੁਐਸਚਨ ਦੇਖੋ ਬੈਸਲੋਨੀ ਹੈਜ਼ ਮੋਰ ਡਿਟੇਲਡ ਰਿਕਾਰਡਸ ਔਨ ਦਾ ਲੋਕੇਸ਼ਨ ਆਫ ਬਟਰਫਲਾਈ ਕਲੈਕਸ਼ਨ ਦੈਨ ਅਦਰਸ ਮਤਲਬ ਜਿਹੜਾ ਬੈਸਲੋਨੀਆ ਹਨਾ ਉਹਦੇ ਕੋਲ ਜ਼ਿਆਦਾ ਡਿਟੇਲਡ ਰਿਕਾਰਡ ਨੇ ਡਿਟੇਲਡ ਰਿਕਾਰਡ ਮਤਲਬ ਜ਼ਿਆਦਾ ਸਟੀਕ ਡਾਟਾ ਹੈ ਬਟਰਫਲਾਈ ਦੇ ਲੋਕੇਸ਼ਨ ਤੇ ਬਾਕੀਆਂ ਨਾਲੋਂ ਮਤਲਬ ਬਾਕੀਆਂ ਦੇ ਕੰਪੈਰੀਜ਼ਨ ਦੇ ਵਿੱਚ ਬੈਸਰੋਨੀ ਕੋਲ ਜ਼ਿਆਦਾ ਸਹੀ ਡਾਟਾ ਹੈ ਜ਼ਿਆਦਾ ਡਿਟੇਲਡ ਰਿਕਾਰਡ ਹੈ ਠੀਕ ਹੈ ਜੀ ਸੋ ਇਹ ਆਪਣਾ ਟੂ ਫਾਲਸ ਨਾਟ 기ਵਨ ਹੋ ਗਏ ਹੁਣ 39th ਕੁਐਸਚਨ ਦੇਖੋ 39th ਕੁਐਸਚਨ ਇਜ਼ ਵਿਚ ਇਜ਼ ਕਰੈਕਟ ਅਬਾਊਟ ਬਟਰਫਲਾਈਜ਼ ਫਲਾਈਟ ਐਲਟੀਟਿਊਡ ਬਟਰਫਲਾਈਜ਼ ਜਿਹੜੇ ਫਲਾਈ ਕਰਦੇ ਨੇ ਉਹਨਾਂ ਦੇ ਐਲਟੀਟਿਊਡ ਤੇ ਐਲਟੀਟਿਊਡ ਮਤਲਬ ਹਾਈਟ ਇੰਨਾ ਵਾ ਹਾਈਟਸ ਬਾਰੇ ਕਿਹੜੀ ਚੀਜ਼ ਸਹੀ ਆਪਾਂ ਉਹ ਆਪਸ਼ਨ ਚੂਜ਼ ਕਰਨਾ 39th ਕੁਐਸਚਨ ਦੇ ਵਿੱਚ 40th ਕੁਐਸਚਨ ਦੇਖੋ which is correct about baseloni next investigation after flight height flight height bare sorry flight height to baad jehdi agli investigation karan ja rahe a si baseloni hana ode bare kehdi statement correct hai charo options ch jo apa oh options choose karne ne theek hai ji ਇਹ ਤੁਸੀਂ ਹੀ ਹੈਲਪ ਕਰ ਸਕਦੇ ਇੱਕ ਦੂਜੇ ਦੀ ਜੇ ਕਿਸੇ ਕੋਲ ਰਾਈਟਿੰਗ ਦਾ ਮਟੀਰੀਅਲ ਪਿਆ ਹੋਵੇ ਹਨਾ ਟੇਕਿੰਗ ਦਾ ਮਟੀਰੀਅਲ ਪਿਆ ਹੋਵੇ ਤਾਂ ਤੁਸੀਂ ਕਮੈਂਡ ਕਰਕੇ ਇੱਕ ਦੂਜੇ ਨੂੰ ਡੈਫੀਨਿਟਲੀ ਪੁੱਛ ਸਕਦੇ ਹੋ ਠੀਕ ਹੈ ਜੀ ਚਾਓ ਹੁਣ ਆਪਾਂ ਸਾਰੇ ਕੁਐਸਚਨਸ ਦੇਖ ਲੈਣੇ ਸਾਰੇ ਕੀਵਰਡਸ ਆਪਾਂ ਨੂੰ ਪਤਾ ਲੱਗ ਗਏ ਨੇ ਹੁਣ ਆਪਾਂ A ਪੈਰਾਗ੍ਰਾਫ ਤੋਂ ਪੜਨਾ ਸਟਾਰਟ ਕਰਦੇ ਹਾਂ ਜੀ ਆਪਣਾ ਪੈਸੇਜ ਸੋ ಲೆਟਸ ਸਟਾਰਟ ਫਰਮ A ਪੈਰਾਗ੍ਰਾਫ A ਪੈਰਾਗ੍ਰਾਫ ਕੀ ਕਹ ਰਿਹਾ ਇਹ ਦੇਖੋ ਪਹਿਲਾਂ There's no animal that symbolizes rainforest diversity quite as spectacularly as tropical butterfly. Anyone lucky enough to see these creatures flitting between patches of sunlight cannot fail to be impressed by the variety of their patterns. But why do they display such colorful exuberance? Until recently, this was almost as pertinent a question as it had been the 19th century naturalists.

ਆਪਣੇ ਮੇਟ ਨੂੰ ਅਟਰੈਕਟ ਕਰਨ ਲਈ ਯੂਜ਼ ਕੀਤੇ ਜਾਂਦੇ ਹਨਾ ਉਹ ਕਲਰਸ ਸਮ ਲਿਖਿਆ ਹੋਇਆ ਦੇਖੋ ਇੱਥੇ ਤੇ ਬਾਕੀ ਹੁੰਦੇ ਨੇ ਜਿਹੜੇ ਮਤਲਬ ਸਾਰੇ ਨਹੀਂ ਜਿਹੜੇ ਰਿਮੇਨਿੰਗ ਰਹਿ ਜਾਂਦੇ ਆ ਉਹ ਵਾਰਨਿੰਗ ਸਿਗਨਲ ਦੀ ਤਰ੍ਹਾਂ ਯੂਜ਼ ਕਰਦੇ ਆ ਤਾਂ ਆਪਾਂ ਨੂੰ ਇਹ ਸਭ ਕੀ ਪਤਾ ਲੱਗਦਾ ਹੈ a ਲਾਈਨ ਦੇ ਅਕੋਰਡਿੰਗ ਤੁਸੀਂ ਮੈਨੂੰ ਆਪਣੀ ਟੂ ਫਾਲਸ ਦਾ ਫਰਸਟ ਆਨਸਰ ਦੱਸੋ ਕੀ ਆਊਗਾ ਜੀ 33rd ਕੁਐਸਚਨ ਦਾ ਕੀ ਆਨਸਰ ਆਊਗਾ एवरीवन ਰਾਈਟ ਡਾਊਨ ਯੋਰ ਆਨਸਰਸ ਇਨ ਕਮੈਂਟ ਸੈਕਸ਼ਨ ਚੈਟ ਬਾਕਸ ਦੇ ਵਿੱਚ ਆਨਸਰ ਲਿਖੋ ਜੀ 33rd ਕੁਐਸਚਨ ਦਾ ਆਪਣਾ ਕੀ ਆਨਸਰ ਆਊਗਾ ਫਾਸਟ एवरीवन ਹਾਂ ਜੀ ਦੱਸੋ ਜੀ ਓਕੇ हरपिंदर पारसन सुरेंद्र भुपेंद सिमर प्रभजोत गुरीत सो so एवरी वन इज सेंग फॉल्स so तो डेफिनेटली अपना थर्टी थर्ड क्वेश्चन का आंसर आऊगा जी फॉल्स क्यों आऊगा क्योंकि अपना क्वेश्चन क्या गया सारियाँ बटरफ्लाईज वार्निंग वास्ते यूज कर दी पर इंफोरमेन की कह रही है भी कुशक मेट न अट्रैक्ट करते कुशक ही वॉर्निंग साइन ठीक है जी सो अपना थर्टी थर्ड कोश्चन का आंसर आ गया जी डेफिनेटली फॉल्स क्लीयर नैक्सट देखो हम अगे पढ़ते अपना तो वील स्किप द नैक्स थ्री लाइन बिकॉज कोई भी कीवर्ड नहीं है देखा तो हूँ आप सिर्फ बी पैराग्राफ से स्किप कर सॉरी <coughs> बी पैराग्राफ देखो बट हेयर द कॉनड्रम क्लासिकल मिमिक्री थ्यूरी दैट ओनली ए सिंगल रिंग शुड बी फाउंड इन एनी वन एरिया मतलब कि क्लासिकल थ्यूरी है ਜਿਹੜੀ ਕਹਿੰਦੀ ਹੈ ਵੀ ਸਿਰਫ ਇੱਕੋ ਹੀ ਰਿੰਗ ਫਾਊਂਡ ਹੋ ਸਕਦੇ ਕਿਸੇ ਵੀ ਇੱਕ ਏਰੀਆ ਦੇ ਵਿੱਚ ਠੀਕ ਹੈ ਜੀ ਐਕਸਪਲੇਨਸ ਜੋਰਜ ਜੋਰਜ ਬੈਸਲੋਨੀ ਆਫ ਨੈਚਰਲ ਹਿਸਟਰੀ ਮਿਊਜ਼ੀਅਮ ਲੰਡਨ ਦਾ ਆਈਡੀਆ ਇਜ਼ ਥੈਟ ਇਨ ਈਚ ਲੋਕੇਲਿਟੀ ਥੇਅਰ ਸ਼ੁੱਡ ਬੀ ਜਸਟ ਦਾ ਵਨ ਪੈਟਰਨ ਥੈਟ ਬੈਸਟ ਪ੍ਰੋਡੈਕਟ ਪ੍ਰੋਟੈਕਟਸ ਇਟਸ ਵੀਅਰਰਸ ਪ੍ਰੇਡੇਟਰਸ ਵੁੱਡ ਕਵਿਕਲੀ ਲਰਨ ਟੂ ਅਵਾਇਡ ਇਟ ਐਂਡ ਇਵੈਨਚੁਅਲੀ ਆਲ ਮਿਮੈਟਿਕ ਸਪੀਸੀਜ਼ ਇਨ ਅ ਰੀਜਨ ਸ਼ੁੱਡ ਕਨਵਰਜ ਅਪਨ ਇਟ the fact that this is patently not the case has been one of the major problems in the mimicry research sees baseloni in pursuit of solution a solution karke hi uh, uh, to the mystery of mimetic exuberance baseloni set off for one of the mega centers for butterfly diversity the point where western edge of amazon basin meets the foothills of the andes in ecuador matlab aise solution karke hone apna mega center kithe open kita ecuador de vich ki karan li butterflies ਨੂੰ ਜਾਂ insects ਨੂੰ study ਕਰਨ ਲਈ ਤਾਂ ਤਾਂ ਹੀ ਉਹਨੇ equal dot choose ਕੀਤਾ ਸੀ ਠੀਕ ਹੈ ਜੀ ਤਾਂ ਇਸ ਦੇ ਅਕੋਰਡਿੰਗ ਤੁਸੀਂ ਮੈਨੂੰ ਦੱਸੋ ਆਪਣੇ b ਪੈਰਾਗ੍ਰਾਫ ਦਾ ਕਿਹੜੇ ਕੁਐਸਚਨ ਦਾ ਆਨਸਰ ਆ ਸਕਦਾ ਹੈ ਵਿੱਚ ਪੈਰਾਗ੍ਰਾਫ ਕੰਟੇਨਸ ਜੋ ਜਲਦੀ एवरीवन ਫਾਸਟ ਆਈ ਵਾਂਟ ਆਨਸਰਸ ਫਰਮ एवरीवन ਆਫ ਯੂ b ਪੈਰਾਗ੍ਰਾਫ ਕਿਹੜੇ ਕੁਐਸਚਨ ਦਾ ਆਨਸਰ ਆ ਸਕਦਾ ਹੈ ਆਪਣਾ ਕੁਐਸਚਨ ਨੰਬਰ ਦੱਸੋ ਜੀ ਮੈਨੂੰ ਫਾਸਟ 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 ओके हरपिंदर इज सेइंग ट्वेंटी नाइनथ ग्रेट एनी अदर वन बाकी भी सारे आंसर दो जी पार्सन इज सेइंग ट्वेंटी नाइन गुड सुरेंद्र सिंह ट्वेंटी नाइंथ वेरी गुड एनी अदर वन बाकी भी सारे आंसर दो जी सारे जने ओके भूपेंद्र सिंह ट्वेंटी नाइनथ गुरजीत इज आलसो सिंह ट्वेंटी नाइन सो ग्रेट ऑल ऑफ यू जिन्होंने ट्वेंटी नाइंथ आंसर का ट्वेंटी नाइन क्वेश्चन आंसर किया भी बी आएगा वो बिल्कुल करैक्ट ने ਸੋ 29th ਕੁਐਸਚਨ ਦੇਖੋ ਆਪਾਂ ਨੂੰ ਐਕਸਪਲੇਨ ਕਰਨਾ ਸੀਗਾ ਵੀ ਇਕੋਡੈਰ ਕਿਉਂ ਚੂਜ਼ ਕੀਤਾ ਬੈਸਲੋਨੀ ਨਹੀਂ ਤਾਂ ਉਹ ਐਕਸਪਲੇਨੇਸ਼ਨ ਆਪਾਂ ਨੂੰ ਬੀ ਪੈਰਾਗ੍ਰਾਫ ਦੇਖਣ ਨੂੰ ਮਿਲ ਜੇਗੀ ਸੋ ਡੈਫੀਨਿਟਲੀ ਆਪਣਾ 29th ਕੁਐਸਚਨ ਦਾ ਆਨਸਰ ਆਊਗਾ ਜੀ ਬੀ ਪੈਰਾਗ੍ਰਾਫ ਕਲੀਅਰ ਹੁਣ ਆਪਾਂ ਅੱਗੇ ਚੱਲਦੇ ਹਾਂ ਹੁਣ ਜਿਹੜਾ ਸੀ ਪੈਰਾਗ੍ਰਾਫ ਹੈ ਸਕਿਪ ਕਰਦੇ ਆ ਨੈਕਸਟ 3 ਲਾਈਨਸ ਆਪਾਂ ਕਿਪ ਕਰ ਦਾਂਗੇ ਬਿਕਾਜ਼ ਨੋ ਕੀਵਰਡ ਇਜ਼ ਥੇਰ ਸੀ ਪੈਰਾਗ੍ਰਾਫ ਦੇਖੋ ਵਰਕਿੰਗ ਐਟ ਦ ਜੈਟਨ ਚਾਚਾ ਹੁਣ ਇੱਥੇ ਜੈਟਨ ਚਾਚਾ ਦੀ ਗੱਲ ਹੋਈ ਹੈ ਤਾਂ ਇੱਥੋਂ ਆਪਾਂ ਕੋਈ ਆਨਸਰ ਲਗਾ ਸਕਦੇ ਹਾਂ ਦੇਖੋ ਬਾਇਓਲੋਜੀਕਲ ਰਿਸਰਚ ਸਟੇਸ਼ਨ ਔਨ ਦ ਬੈਂਕਸ ਆਫ ਦ ਰਿਓ ਨੈਪੋ ਬੈਸਲੋਨੀ ਫੋਕਸਡ ਹਿਸ ਅਟੈਂਸ਼ਨ ਔਨ ਅ ਗਰੁੱਪ ਆਫ ਬਟਰਫਲਾਈਜ਼ ਕਾਲਡ ਇਲਟੀਨੋਮਿੰਸ ਇਥੋਮਿਨ ਇਥੋਮਾਈਨਸ ਸੌਰੀ ਇਹ ਥੋੜਾ ਮਿਸ ਪ੍ਰਿੰਟ ਹੈ ਥੀ ਇਥੋਮਾਈਨਸ ਇਜ਼ ਰਿਟਨ ਥੇਅਰ these distant relatives of britain's camberwell beauty are abundant throughout central and south america and the caribbean they are famous for their bright colors toxic bodies and complex mimetic relationships they can comprise up to 85% of the individuals in a mimicry ring and their patterns matlab jehde patterns hunde ne inna butterflies de o butterflys dwara hi nahi insects dwara bhi mimic kite ja sakde ne theek hai ji ta etho apan nu pata lagda so hun jattu cha chal jada apna question si 30 7th question dekho ji 37th ਕੁਐਸਚਨ ਦਾ ਆਪਣਾ ਕੋਈ ਇੱਥੋਂ ਆਨਸਰ ਆ ਸਕਦਾ ਹੈ 37th ਕੁਐਸਚਨ ਦਾ ਆਨਸਰ ਤੇ 34th ਕੁਐਸਚਨ ਦਾ ਆਨਸਰ ਦੱਸੋ ਜੀ ਮੈਨੂੰ ਦੋਨੋਂ ਦੋਨੋਂ ਕੁਐਸਚਨ ਦਾ ਆਨਸਰ ਚਲੋ ਪਹਿਲਾਂ 34th ਕੁਐਸਚਨ ਦਾ ਆਨਸਰ ਦੱਸੋ ਕੀ ਹੋਊਗਾ एवरीवन 34th ਕੁਐਸਚਨ ਦਾ ਆਨਸਰ will be what ਦੱਸੋ ਜੀ ਕੀ ਆਨਸਰ ਹੋਊਗਾ 34th ਕੁਐਸਚਨ ਦਾ तो जिन्होंने जिन्होंने सैशन वजिए लग रहा है वो प्लीज़ लाइक जरूर कर दो राइट ओ दैट विल बी द वेरी गुड मोटिवेशन फॉर एवरी वन ऑफ अस ओके थर्टी फोर्थ आंसर हरपिंदर इज सिइंग ट्रू ग्रेट पार्सन इज सिइंग ट्रू गुड भुपेंद गुरजीत सिमर सुरेंद्र एवरी वन इज सिइंग ट्रू सो या अपना थर्टी फोर्थ क्वेश्चन आंसर जी डेफिनेटली ट्रू आएगा क्यों ट्रू आएगा क्योंकि इतनी गिवन है ना भी इनसैक्ट्स विंग पैटर्न भी इमिटेड कर सकते तो उत्थे भी क्या गया से जो बटरफ्लाई के विंग पैटर्नज है वह सिर्फ बटरफ्लाई भी नहीं इंसैक्ट्स भी मिमेक कर सदा सो इनडायरैक्टली अपना सेम मतलब ही बन रहा है इस क्वेश्चन का ठीक है जी सो आर आंसर ऑफ थर्टी फोर्थ क्वेश्चन विल बी डेफिनेटली ट्रू तो हूँ थर्टी सैवन क्वेश्चन आंसर दसो जी की आऊगा ट्रू फॉल्स आर नॉट गिवन थर्टी सैवंथ क्वेश्चन आंसर हाँ जी दसो जी की आंसर आऊगा मैं थर्टी सैवंथ क्वेश्चन का okay surender is saying not given tarpendir is also saying not given great any other one popender is saying true okay parsan saying not given simran is saying not given great so apna popender true nahi ho ga the answer gurjeet no true will not be the answer of 37th question because 37th question de vich dekho zaitun satcha de vich duniya ch sab to jyada diversity hai sab to richest diversity hai but a ta kit given hi nahi ਹਾਂਜੀ ਵਰਲਡ ਦੀ ਗੱਲ ਵੀ ਨਹੀਂ ਕੀਤੀ ਹੋਈ ਰਿਚੇਸਟ ਦੀ ਗੱਲ ਵੀ ਨਹੀਂ ਉਹ ਵੀ ਜੱਜਨ ਸਾਚਾ ਦੇ ਵਿੱਚ ਸਭ ਤੋਂ ਜ਼ਿਆਦਾ ਡਾਈਵਰਸਿਟੀ ਹੈ ਠੀਕ ਹੈ ਜੀ ਸੋ ਦੈਟਸ ਵਾਈ 37th ਕੁਐਸਚਨਸ ਆਨਸਰ ਵਿਲ ਬੀ ਨਾਟ 기ਵਨ ਕਲੀਅਰ ਇਹ ਇੱਥੋਂ ਵੀ ਆਨਸਰ ਲੱਗ ਸਕਦੇ ਨਾਟ 기ਵਨ ਪਰ ਅਗੋਂ ਜੇ ਕਿਤੇ ਨਾਮ ਆਇਆ ਤਾਂ ਉੱਥੋਂ ਵੀ ਆਪਾਂ ਦੇਖ ਲਾਂਗੇ ਵੀ ਆਨਸਰ ਕੋਈ ਲੱਗੂਗਾ ਜਾਂ ਨਹੀਂ ਸੋ ਵਿਲ 무ਵ ਟੂ ḍੀ ਪੈਰਾਗ੍ਰਾਫ ਨਾਓ ḍੀ ਪੈਰਾਗ੍ਰਾਫ ਦੇਖੋ ਸਾਰੇ ਜਣੇ

ਸਾਰੇ ਮੈਂ ਮਿਕਰੀ ਰੈਗਜ਼ ਟਾਕਸਿਕ ਨਹੀਂ ਹੁੰਦੇ ਠੀਕ ਹੈ ਜੀ ਤਾਂ ਇਸ ਲਾਈਨ ਨੂੰ ਬਾਕਾਇਦਾ ਪੜ ਕੇ ਮੈਨੂੰ ਦੱਸੋ ਅਨਸਰ ਆਪਣਾ 32nd ਕੁਐਸਚਨ ਦਾ ਕੀ ਅਨਸਰ ਆਊਗਾ ਫਾਸਟ एवरीवन ਸੋਰੀ ਅ ਟਰੂ ਫਾਦਰ ਦੱਸੋ ਆਪਣਾ ਕੋਈ ਅਨਸਰ ਆਊਗਾ ਜਾਂ ਨਹੀਂ 30 5th ਅਨਸਰ ਆਊਗਾ ਆਪਣਾ ਇਹ ਦੱਸੋ ਮੈਨੂੰ ਜੇਰੀ ਲਾਈਨ ਜਪਾ ਪੜ ਕੇ ਆਏ ਉਹ ਤੋਂ ਆਪਣਾ ਫੂਰ ਦੀ ਕਿਤੇ ਗੱਲ ਨਹੀਂ ਹੋਈ ਤਾਂ ਆਪਾਂ ਇੱਥੋਂ ਅਜੇ ਅਨਸਰ ਨਹੀਂ ਲਾਵਾਂਗੇ ਇਹਦਾ ਤਾਂ ਵਿੱਚ ਪੈਰਾਗ੍ਰਾਫ ਕੰਟੇਨ ਦੱਸੋ ਆਪਣਾ ਪੈਰਾਗ੍ਰਾਫ ਡੀ ਚੋਂ ਕਿਹੜਾ ਅਨਸਰ ਆ ਸਕਦਾ फास्ट एवरीवन पैराग्राफ डी ਜਿਹੜੀ ਆਪਾਂ ਲਾਈਨ ਪੜ੍ਹ ਕੇ ਆਏ ਆ ਉਹ ਦੇ ਅਕੋਰਡਿੰਗ ਦੱਸੋ ਆਪਣਾ ਵਿੱਚ ਪੈਰਾਗ੍ਰਾਫ ਕੰਟੇਨ ਦਾ ਕਿਹੜੇ ਕੁਐਸਚਨ ਦਾ ਆਨਸਰ ਆਊਗਾ ਡੀ फास्ट एवरीवन ਜਲਦੀ ਦੱਸੋ ਜੀ ਕੀ ਆਨਸਰ ਆਊਗਾ ਕੁਇਕਲੀ एवरीवन ओके सुरेंद्र सिंह थर्टी सैकेंड पारसन इज सिंह थर्टेंड ग्रेट एनी अदर ओके भुपेंद्रद सि थर्टेंड सो ग्रेट अपना थर्टेंड क्वेश्चन का आंसर आऊगा जी डी क्योंकि थर्टेंड क्वेश्चन है ना भी सारे मिमिक्री पैटर्न टॉक्सिक इन्फॉर्मेस नहीं होंगी तो उपाने सेम चीज कही गई थी कि सारे इनसेट टॉक्सिक नहीं होंगे मिमिक्री पैटर्न सो थर्टेंड क्वेश्चन आंसर विल बी डी पैराग्राफ क्लीयर हूँ आप अगे चलते हैं Okay, Gurjeet is saying 30 seconds, great. Next lines. So strong is an experienced predator's avoidance response that even quite inept resemblance gives some protection. Often there will be a whole series of species that mimic with varying degrees of. वर्सिमिलट्यूड ऑफ फोकल और मॉरल स्पीशिज सेज जॉन टर्नर फ्रॉम द ज यूनिवर्सिटी ऑफ लीड्स ओके ओके सुरेंद्र बंसर है ना पढ़ाने का वे अलग है सो मेरा वे अलग है सो इट्स टोटली अप टू यू कि इसका वे थोड़ा वधिया लगता है सो थो मेरा वे वजी लग गया थैंक्स अलॉट वेरी मच मीनस अलॉट तो देखो The results of these deceptions are some of the most exquisite examples of evolution known to science. In addition to color, many mimics copy behaviors and even the flight patterns of their model species. तो अपने तो कोई भी keyword नहीं लगूगा आगे, तो अपना d paragraph चोर कोई answer नहीं लगेगा, तो उन अपना e paragraph पे uh, jump कर दें सिद्धा, ठीक है जी? e paragraph देखो, but why are there so many different mimicry rings one idea is that species flying at the same height in the forest canopy evolve to look like one another it, it had been suggested since the 1970s that mimicry complexes were stratified by flight height says De Vries. the idea is that wing color patterns are camouflaged against the different patterns of light and shadow at each level in the canopy providing a first line of defense against predators but the light patterns and wing patterns don't match very well he says and observations show that insects do not shift in height as the day progresses and the light patterns change worse still according to de vries this theory doesn't explain why the model species is flying at particular height in the first place <coughs> ਮਤਲਬ ਡੀਵਰੇਜ ਨੇ ਉੱਪਰ ਆਪਾਂ ਦੇਖ ਲਿਆ ਨਾ ਇਸ ਨੂੰ ਨਿੰਦਿਆ ਜਿਹੜਾ ਫਲਾਈਟ ਹਾਈਟ ਹਾਈਪੋਥੈਸਿਸ ਹੋਇਆ ਸੀਗਾ ਇਸ ਨੂੰ ਕ੍ਰਿਟੀਸਾਈਜ਼ ਕੀਤਾ ਤਾਂ ਲਾਸਟ ਲਾਈਨ ਵੀ ਦੇਖੋ ਵਰਸ ਕਰਦਾ ਹੈ ਵੀ ਇਹ ਥਿਉਰੀ ਐਕਸਪਲੇਨ ਨਹੀਂ ਕਰਦੀ ਵੀ ਪਾਰਟਿਕੂਲਰ ਹਾਈਟ ਤੇ ਕਿਉਂ ਫਲਾਈ ਕਰਦਾ ਹੈ ਠੀਕ ਹੈ ਜੀ ਤਾਂ ਇਹਦੇ ਵਿੱਚ ਸਾਰੀ ਕ੍ਰਿਟੀਸਿਜ਼ਮ ਹੀ ਸ਼ੋ ਕੀਤੀ ਗਈ ਆਪਾਂ ਨੂੰ ਤਾਂ ਇੱਥੇ ਤੁਸੀਂ ਮੈਨੂੰ ਆਨਸਰ ਦੱਸੋ ਆਪਣੇ ਇਹ ਪੈਰਾਗ੍ਰਾਫ ਜੋ ਆਪਣਾ ਵਿੱਚ ਪੈਰਾਗ੍ਰਾਫ ਕੰਟੇਨ ਕਿਹੜਾ ਆਨਸਰ ਲੱਗੂਗਾ ਕਿਹੜੇ ਕੁਐਸਚਨ ਦਾ ਆਨਸਰ ਲੱਗੂਗਾ ਵਿੱਚ ਪੈਰਾਗ੍ਰਾਫ ਕੰਟੇਨ ਇਹ ਪੈਰਾਗ੍ਰਾਫ ਦੱਸੋ ਜੀ ਸਾਰੇ ਜਣੇ yes quickly everyone okay so andheri saying 28 okay any other one baki bhi sare answer do ji okay parcel is also saying 28 good any other one when they're saying 28 good baki bhi sare interact karo ji interaction naal hi fir maza hunda hai live class da okay good ji it is also saying 28 so i think sare nu pata lag hi gaya hona hai bhi apna 28th question da answer aayega ji e option theek hai ji क्यों होगा क्योंकि ई पैराग्राफ्रिटिश uh, गेवन है फ्लाइट हाइट थ्योरी थ्यूरी दोवेंट क्वेश्चन आंसर लिख देंगे ई. ओके यू आर थिंकिंग दैट थर्टीए क्वेश्चन भी यही आएगा थर्टीए क्वेश्चन इज द मैथड ऑफ कैचिंग बटरफ्लाई बाय थर्ट सॉरी डिफरेंट मेमिक्री रिंगट ਮਤਲਬ ਆਪਾਂ ਨੂੰ ਇਹ ਪੈਰਾਗ੍ਰਾਫ 'ਚ ਇਹ ਜਰੂਰ ਦੱਸਿਆ ਗਿਆ ਹੈ ਵੀ ਇਹ ਜਿਹੜੀ ਥਿਊਰੀ ਹੈ ਇਹ ਐਕਸਪਲੇਨ ਨਹੀਂ ਕਰਦੀ ਵੀ ਕਿਹੜੀ ਹਾਈਟ ਤੇ ਕਿਵੇਂ ਫਲਾਈ ਕੀਤਾ ਜਾਂਦੇ ਹਨ ਪਰ ਡਿਫਰੈਂਟ ਮਿਮਿਕਰੀ ਰਿੰਗ ਡਿਫਰੈਂਟ ਹਾਈਟ ਤੇ ਫਲਾਈ ਕਰਦੀ ਇਹ ਚੀਜ਼ ਨਹੀਂ ਆਪਾਂ ਨੂੰ ਗਿਵਨ ਹੈਗੀ ਇਹ ਪੈਰਾਗ੍ਰਾਫ ਦੇ ਵਿੱਚ ਪਰਸਨ ਇਜ਼ ਆਸਕਿੰਗ ਕ੍ਰਿਟਿਸਿਜ਼ਮ ਕੀ ਹੁੰਦਾ ਕ੍ਰਿਟਿਸਿਜ਼ਮ ਜੀ ਮੈਂ ਕਿਸੇ ਚੀਜ਼ ਦੀ ਬੁਰਾਈ ਕਰ ਰਿਹਾ ਹਾਂ ਨਾ ਤਾਂ ਮੈਂ ਉਸ ਚੀਜ਼ ਦੀ ਕ੍ਰਿਟਿਸਿਜ਼ਮ ਕਰ ਰਿਹਾ ਹਾਂ ਨਿੰਦਨਾ ਕਿਸੇ ਚੀਜ਼ ਦੀ ਠੀਕ ਹੈ ਜੀ ਤੋ ਆਪਾਂ ਹੁਣ ਅੱਗੇ ਚੱਲਦੇ ਆਂ ਐਫ ਪੈਰਾਗ੍ਰਾਫ ਤੇ ਵੈਨ ਆਈ ਫਰਸਟ ਵੈਂਟ ਆਊਟ ਟੂ ਇਕਵੇਡੋਰ ਆਈ ਡਿਡਨਟ ਬਿਲੀਵ ਦ ਫਲਾਈਟ ਹਾਈਟ ਹਾਈਪੋਥੈਸਿਸ ਐਂਡ ਸੈਟ ਆਊਟ ਟੂ ਟੈਸਟ ਇਟ ਸੇਜ਼ ਬੈਸਲੋਨੀ ਹੁਣ ਫਰਸਟ ਲਾਈਨ ਗਾਰਨਰ ਪੜੋ ਜਦੋਂ ਸਭ ਤੋਂ ਪਹਿਲਾਂ ਉਹ ਇਕਵੇਡੋਰ ਗਿਆ ਤਾਂ ਉਹਨੂੰ ਯਕੀਨ ਨਹੀਂ ਸੀ ਫਲਾਈਟ ਹਾਈਟ ਹਾਈਪੋਥੈਸਿਸ ਤੇ ਤੇ ਉਸ ਤੋਂ ਬਾਅਦ ਉਹ ਟੈਸਟ ਕਰਨ ਲਈ ਗਿਆ ਉਹਨੂੰ ਠੀਕ ਹੈ ਜੀ ਤਾਂ ਇੱਥੇ ਤੁਸੀਂ ਮੈਨੂੰ ਦੱਸੋ ਆਪਣਾ 36 ਕੁਐਸਚਨ ਦਾ ਕੀ ਆਨਸਰ ਆਏਗਾ ਸਾਰੇ ਜਣੇ yes ਵਿਰੋਧ ਕਰਨਾ ਵੀ ਕਹਿ ਸਕਦੇ ਆਪਾਂ ਕ੍ਰਿਟਿਸਾਈਜ਼ਿੰਗ ਦਾ ਮੀਨਿੰਗ 36 ਕੁਐਸਚਨ ਦਾ ਆਨਸਰ ਦੱਸੋ ਜੀ ਕੀ ਆਊਗਾ ਆਪਣਾ ट्रू ਫਾਲਸ ਕੁਕਲੀ ਕੁਕਲੀ पार्सन सिंह फॉल्स एंड सुरेंद्र सिंह ट्रू ओके बाकी भी सारे आंसर करो जी सिर्फ चार नहीं कर रहे आप जी लाइन पढ़ के एक कह रही जो एक ओडर गया तो उन्होंने बिलीव नहीं मतलब वो मानता नहीं थ्यूरी तो क्वेश्चन कह रहा है भी वो एग्रीड स्यूरी गुरजीत सिंह ट्रू एंड सिमरी फॉल्स ओके ਸੋ ਇਹਦਾ ਅਨਸਰ ਜੀ ਫਾਲਸ ਹੀ ਆਏਗਾ ਕਿਉਂਕਿ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਵੀ ਐਗਰੀ ਕੀਤਾ ਸੀ ਉਹਨੇ ਪਰ ਇਨਫੋਰਮੇਸ਼ਨ ਕੀ ਕਹਿ ਰਹੀ ਹੈ ਵੀ ਉਹ ਬਿਲੀਵ ਨਹੀਂ ਕਰਦਾ ਸੀ ਉਹ ਥਿਉਰੀ ਦੇ ਨਾਲ ਤਾਂ ਉਹ ਡਿਸਐਗਰੀ ਕਰਦਾ ਸੀ ਸੋ ਆਪਣਾ 36 ਕੁਐਸਚਨ ਦਾ ਅਨਸਰ ਆਊਗਾ ਜੀ ਫਾਲਸ ਕੁਪਿੰਦਰ نو ਫਾਲਸ ਵਿਲ ਬੀ ਦਾ ਅਨਸਰ ਮੈਨੂੰ ਹੁਣੀ ਦੱਸ ਕੇ ਹਟਿਆ ਵੀ ਫਾਲਸ ਕਿਉਂ ਆਇਆ ਸੋ ਸੌਰੀ थर्ट फोर्थ आंसर ला दर्टी ला थर्टी फिफ्थ आपको थर्टी फिफ्थ क्वेश्चन आंसर की लादांगे जी नॉट गिवन क्लियर अगर चलते हैं really flew दैट वे what ही didn't एक्सेप्ट However, was the explanation about light patterns. I thought if this idea is really true, yes, 35th not given Igaji definitely. And I can carry work out why I it could exp, help explain why there are so many different warning patterns in any one place, then we might finally understand how they could evolve in such a complex way. The job was complicated by the sheer diversity of species involved at Jatin Chucha. ਇਤੋਂ ਜੈਟਨਸੀ ਚਾੜਾ ਆਪਣਾ ਆਨਸਰ ਲੱਗ ਸਕਦਾ ਹੈ ਇੱਥੇ ਇਹ ਜ਼ਰੂਰ ਕਿਹਾ ਗਿਆ ਵੀ ਬਹੁਤ ਜ਼ਿਆਦਾ ਡਾਈਵਰਸਿਟੀ ਸੀ ਪਰ ਕਿ ਇਹ ਕਿਹਾ ਗਿਆ ਵੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਡਾਈਵਰਸਿਟੀ ਜੈਟਨ ਸਾਚਾ ਦੇ ਵਿੱਚ ਹੈ ਇਹ ਚੀਜ਼ ਕਿਤੇ ਨਹੀਂ ਕਹੀ ਗਈ ਸੋ ਦੈਟਸ ਵਾਈ ਆਪਣਾ ਇੱਥੋਂ ਆਨਸਰ ਲੱਗ ਸਕਦਾ ਹੈ ਨਾਟ 기ਵਨ ਠੀਕ ਹੈ ਜੀ ਨਾਟ ਓਨਲੀ ਵਰ देयर 56 ਇਥੋਮਾਈਨ ਬਟਰਫਲਾਈ ਸਪੀਸੀਜ਼ ਡਿਵਾਈਡਿਡ ਅਮੰਗ 8 ਮਿਮੇਟ੍ਰੀ ਰਿੰਗਸ देयर ਵਰ ਆਲਸੋ 69 ਅਦਰ ਇਨਸੈਕਟ ਸਪੀਸੀਜ਼ ਇਨਕਲੂਡਿੰਗ 34 ਡੇ ਫਲਾਈਂਗ ਮੌਥਸ ਐਂਡ ਡੈਂਸ ਫਲਾਈ all in a 200 hectare study area like many entomologists before him baseloni used a large bag like net to capture his prey matlab jeete honay study karna si us insects nu butterflies nu catch karn ni one bag like net da use kita ta eh oda ek method si ga catch karn layi insects nu so etho tusi mainu dasso apna keda answer laguga 30 first ya 30th पैराग्राफ एफ का अपना आंसर लगेगा जी दसो सारे यस आई एम वेटिंग फॉर योर आंसर दिन जिन्हों वी लग गया सैशन प्लीज लाइक जरूर कर दो जी फास्ट 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 एफ पैराग्राफ थर्ट क्वेश्चन आंसर लगूगा थर्टी फर्स्ट ओके भूपेंद्री सिंह थर्टी फर्स्ट सिंह थर्टी फर्स्ट पार्सन सिमर ਪੋਟਰ ਸਿੰਘ 31st ਸੋ ਗ੍ਰੇਟ ਆਪਣਾ ਜ਼ਿਆਦਾਤਰ ਅਨਸਰ 31st ਕੁਐਸਚਨ ਦਾ ਆ ਰਿਹਾ ਐਫ ਆਪਸ਼ਨ ਸੋ ਡੈਫੀਨਿਟਲੀ 31st ਕੁਐਸਚਨ ਦਾ ਅਨਸਰ ਆਊਗਾ ਆਪਣਾ ਐਫ ਕਿਉਂਕਿ 31st ਕੁਐਸਚਨ ਹੈ ਆਪਣਾ ਵੀ ਕੀ ਮੈਥਡ ਚੂਜ਼ ਕੀਤਾ ਸੀ ਵੈਸਲੋਨੀ ਨੇ ਬਟਰਫਲਾਈ ਕੈਚ ਕਰਨ ਵਾਸਤੇ ਤਾਂ ਕੀ ਮੈਥਡ ਕੀਤਾ ਸੀ ਬੈਗ ਲਾਈਕ ਨੈਟ ਕੀਤਾ ਸੀ ਰਾਈਟ ਸੋ 31st ਕੁਐਸਚਨ ਦਾ ਅਨਸਰ ਆ ਗਿਆ ਆਪਣਾ ਐਫ ਆਪਸ਼ਨ ਯੈਸ ਗੁਰਜੀਤ ਵੈਰੀ ਗੁੱਡ ਅੱਗੇ ਚੱਲਦੇ ਹੁਣ ਆਪਾਂ दिस अलाउड हिम टू सैम्पल द टू पॉइंट फाइव मीटर इमीजिएटली अबब द फॉर फ्लोर अनलाइक मैनी प्रीवियस precise notes on exactly where he caught his specimens previous workers de स्पेम प्रीवियस par one bahut hi पर उन्हें बहुत ही ज्यादा hunda bahut का मतलब दा बहुत ज्यादा taiyar सटीक नोट्स तैयार vi one उन्हें बटरफ्लाई स्कैच की ठीक है जी इतने आंसर दसो की आऊगा अपने थर्टी एट क्वेश्चन आंसर दसो जी की आऊगा अपना थर्टी एट क्वेश्चन दसो जी की आंसर आऊगा अपना फास्ट यस आई एम वेटिंग फॉर यंसर एवरी वन काइंडली

ਤੋ ਇੱਕ ਆਂਸਰ ਰਿਪੀਟ ਕਿਉਂ ਨਹੀਂ ਹੋਇਆ? ਜੋ ਤੁਜੀ 38th ਕੁਐਸਚਨ ਦਾ ਨਾਟ ギਵਨ ਕੈਰੀ ਹੋ ਰਾਈਟ ਪਰ ਇਹਦਾ ਆਂਸਰ ਨਾਟ ギਵਨ ਨਹੀਂ ਆਏਗਾ ਜੀ ਟਰੂ ਜਾਂ ਫਾਲਸ ਜੋ ਆਂਸਰ ਆਏਗਾ ਇਹਦਾ ਕੋਈ 38th ਕੁਐਸਚਨ ਦਾ ਸੋ ਦੁਬਾਰਾ ਮੈਂ ਤੁਹਾਨੂੰ ਪੈਰਾਗ੍ਰਾਫ ਤੇ ਲੈ ਕੇ ਚੱਲਦਾ ਦੁਬਾਰਾ ਲਾਈਨਸ ਪੜਿਓ ਲਾਸਟ ਵਾਲੀਆਂ ਐਸ ਪੈਰਾਗ੍ਰਾਫ ਦੀਆਂ ਲਾਈਨਸ ਪੜੋ ਐਸ ਪੈਰਾਗ੍ਰਾਫ ਦੀਆਂ ਲਾਸਟ ਵਾਲੀ ਅਨਲਾਈਕ ਮੈਨੀ ਪ੍ਰੀਵੀਅਸ ਵਰਕਰਸ ਹੀ ਕੈਪਟ ਵੈਰੀ ਪ੍ਰੈਸਾਈਜ਼ ਨੋਟਸ ਔਨ ਐਗਜ਼ੈਕਟਲੀ where he caught his specimens comparison kyun nahi kita hoya ji unlike many previous workers ek hi hai evi comparison hi hai na previous workers de wangu nahi hone kita bahut hi zyada exact notes o kite vi hone kithe specimens caught kite si ta unna di location te theek hai ji ta etho apna 28th question answer true aauga ji not given hi aayega da answer apna 38th question answer will be true to sindhere puch rahe si bhi apna koi answer repeat kyon nahi hoya vich paragraph contains de vich taan karke nahi repeat hoya kyonki repeat hoga hi nahi obviously hai na te eh cheez bilkul true nahi hai ki jadon vi apan nu given hove bhi ik to vad letter apan use kar sakde ha kar sakde ha te hone de vich bahut fark hunda hai taan zaruri nahi vi ਹਰ ਇੱਕ ਵਾਰ ਜਦੋਂ ਆਪਾਂ ਨੂੰ গিਵਨ ਹੋਵੇ ਐਨ ਵੀ ਤਾਂ ਉਦੋਂ ਆਨਸਰ ਆਪਣਾ ਰਿਪੀਟ ਹੋਊਗਾ ਹੀ ਹੋਊਗਾ ਤਾਂ ਇਹ ਚੀਜ਼ ਬਿਲਕੁਲ ਲੈ ਕੇ ਨਹੀਂ ਚੱਲਣੀ ਮੋਸਟ ਆਫ ਦਾ ਟਾਈਮ ਦੇ ਰਿਪੀਟ ਹੁੰਦਾ ਹੈ 노 ਡਾਊਟ ਪਰ 10 ਆਊਟ ਆਫ 100 ਟਾਈਮਸ ਰਿਪੀਟ ਨਹੀਂ ਹੁੰਦਾ ਹੁੰਦਾ ਆਪਣਾ ਲੈਟ ਠੀਕ ਹੈ ਜੀ ਹਾਂਜੀ ਸੋ ਪ੍ਰੈਸਾਈਜ਼ ਆਨਸਰ ਆਪਣਾ ਪ੍ਰੈਸਾਈਜ਼ ਦਾ मीनिंग ਹੁੰਦਾ ਹੈ ਬਹੁਤ ਹੀ ਜ਼ਿਆਦਾ ਐਗਜ਼ੈਕਟ ਸਟੇਕ ਡਾਟਾ ਠੀਕ ਹੈ ਜੀ ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਆਪਣੀ ਜੀ ਪੈਰਾਗ੍ਰਾਫ ਤੇ ਜੀ ਪੈਰਾਗ੍ਰਫ ਪੜੋ ਸਾਰੇ ਜਣੇ ਅਟੈਂਸ਼ਨ ਆਫ ਡਿਟੇਲ ਪੇਡ ਆਫ ਬੈਸਲੋਨੀ ਫਾਊਂਡ ਦੈਟ ਮਿਮਿਕਰੀ ਰੈਂਜਸ ਵਰ ਫਲਾਈਂਗ ਐਟ ਟੂ ਕੁਆਇਟ ਸੈਪਰੇਟ ਐਲਟੀਟਿਊਡਸ ਮਤਲਬ ਉਹਨੇ ਪਤਾ ਲੱਗਿਆ ਵੀ ਜਿਹੜੀ ਮਿਮਿਕਰੀ ਰੈਂਜ ਸੀਗੇ ਡਿਫਰੈਂਟ ਉਹ ਡਿਫਰੈਂਟ ਸੈਪਰੇਟ ਮਤਲਬ ਡਿਫਰੈਂਟ ਹਾਈਟਸ ਤੇ ਫਲਾਈ ਕਰ ਰਹੀ ਸੀ ਤਾਂ ਇਥੇ ਦੱਸੋ ਤਾਂ ਇਹ ਬਹੁਤ ਈਜ਼ੀ ਹੋ ਗਿਆ ਜੀ ਆਪਣਾ 30th ਕੁਐਸਚਨ ਦਾ ਆਨਸਰ ਡੈਫੀਨਿਟਲੀ ਇਸ ਕਰਕੇ ਜੀ ਆਪਸ਼ਨ ਆਊਗਾ ਜੀ ਪੈਰਾਗ੍ਰਫ ਠੀਕ ਹੈ ਜੀ ਸੋ ਮੈਂ ਲਿਖ ਦਿੰਦਾ ਇਹ ਮੈਂ ਤੁਹਾਨੂੰ ਪੁੱਛਦਾ ਨਹੀਂ ਕਿਉਂਕਿ ਬਹੁਤ ਹੀ ਈਜ਼ੀ ਹੋ ਜਾਊਗਾ तो अपने पैराग्राफ कंटेन भी सारे हो गए हम अपने रह गए सिर्फ दो एनसीक्यूज इतना देखते अगे देखो यूज ऑफ द रिकॉल्स फॉर एग्जाम्पल मोस्ट ऑफ द द क्लियर विंग मेमिक्री रिंग वुड फ्लाई क्लोज टू द इन फलोर टायर टाइगर ईच मेमिक्री रिंग हैड इट्स ओन कैरेक्टरिस्टिक फ्लाइट हाइट हरेक ममिकरी रिंग दरेक ममेकरी रिंग अपनी खुद करैक्टरिस्टिक मतलब करैक्टरिस्टिक मतलब आइडेंटिफाइंग फ्लाइट हाइट होंगी है ठीक है जी तो इतों तुम मैं अपने थर्टी नाइनथ क्वेश्चन आंसर दसो की आऊगा सार्यादी सार्याडिंग थर्टी नाइनथ क्वेश्चन आंसर अपना की आऊगा जी फास्ट एवरी वन यस वट विल बी द आंसर ऑफ थर्टी नाइनथ क्वेश्चन ए बी सी ऑर डी जल्दी दसो जी Okay, Pupinder is saying D, Surendra is saying D, Akilesh is saying B, okay. Any other one? Timber is saying B, okay. <coughs> Excuse me. Sorry for the disturbance. ओके okay, सो so गुजीत इज आल्सो सेइंग बी सो so अपना एदा आंसर जी बी नहीं आउगा डी विल बी द आंसर ऑफ अ 39 क्वेश्चन व्हाई आई एम गोइंग टू टेल यू नाउ आपा नु पैराग्राफ्स गिवन है वी हर एक बटरफ्लाई दी कैरेक्टरिस्टिक हाइट होती है ता कीवर्ड कैरेक्टरिस्टिक की हो गया फेवरेबल ता हर एक बटरफ्लाई दी एक अपनी फेवरेबल हाइट होती है जी ते वो फ्लाई करती है बी ऑप्शन की है बटरफ्लाइज ऑलवेज फ्लाइज एट अ सर्टेन हाइट मतलब एक बटरफ्लाई है वो हमेशा एग्जैक्ट हाइट पे ही फ्लाई करती है ये चीज नहीं गिवन अपन को एक चीज गिवन है भी हर एक बटरफ्लाई दी अपनी एक कैरेक्टरिस्टिक हाइट होती है सो दैट्स व्हाई अपना थर्टी 39th क्वेश्चन का आंसर जी डी आया क्लियर यस पार्सन डी विल बी द आंसर ਸੋ ਹੁਣ ਆਪਾਂ ਨੈਕਸਟ ਪੜਦੇ ਹਾਂ ਅੱਗੇ ਆਪਣਾ ਆਨਸਰ ਸੋ ਜੇ ਆਪਾਂ ਸਕਿਮ ਕਰਾਂਗੇ ਹਨ ਆਪਣਾ ਐਚ ਪੈਰਾਗ੍ਰਾਫ ਸੋ ਐਚ ਪੈਰਾਗ੍ਰਾਫ 'ਚ ਆਪਣਾ ਕੋਈ ਆਨਸਰ ਨਹੀਂ ਆਊਗਾ ਕਿਉਂਕਿ ਕੋਈ ਕੀਵਰਡ ਨਹੀਂ ਹੈਗਾ ਸੋ ਆਪਾਂ ਐਚ ਪੈਰਾਗ੍ਰਾਫ ਨੂੰ ਇੱਥੇ ਸਕਿਪ ਕਰ ਦਾਂਗੇ ਉਸ ਤੋਂ ਬਾਅਦ ਵਾਲੀ ਇਨਵੈਸਟੀਗੇਸ਼ਨ ਦੀ ਗੱਲ ਆਈ ਪੈਰਾਗ੍ਰਾਫ 'ਚ ਹੋਈ ਹੈ ਸੋ ਆਪਾਂ ਆਈ ਪੈਰਾਗ੍ਰਾਫ ਹੀ ਪੜਾਂਗੇ ਸਿਰਫ ਦੈਨ ਬੈਸਲੋਨੀ ਹੈਡ ਅ ਬ੍ਰਾਈਟ ਆਈਡੀਆ ਆਈ ਸਟਾਰਟਿਡ ਲੁਕਿੰਗ ਐਟ ਦ ਡਿਸਟ੍ਰਿਬਿਊਸ਼ਨ ਆਫ ਇਥੋਮਾਈਨ ਲਾਰਵਲ ਫੂਡ ਪਲਾਂਟਸ ਲਾਰਵਲ ਫੂਡ ਪਲਾਂਟ ਦੀ ਗੱਲ ਹੋਈ ਹੈ ਨਾ ਹ within the canopy he says for each one i would record the height to which the host plant grew and height above the ground at which eggs or larvae were found oh record karuga vi kinni height te ohnu eggs mil rahe ne us to baad oh wait karuga vi jadon tak pupae bahar nahi aunde eggs to hana ta oh ohna nu identify karuga ta ehi matlab hai na vi jadon jehde pupa ne adults ne hana jehde oh jehde vak vak adults ne oh kehde kehde height te present hunde ne ਆਏ ਤੋਂ ਤੁਸੀਂ ਮੈਨੂੰ ਦੱਸੋ ਆਪਣੇ 40th ਕੁਐਸਚਨ ਦਾ ਆਨਸਰ ਕੀ ਆਊਗਾ ਫਾਸਟ ਐਵਰੀਵਨ ਬਹੁਤ ਈਜ਼ੀ ਕੁਐਸਚਨ ਹੈ ਇਹ ਕੀਵਰਡਸ ਸਾਰੇ ਮੈਚ ਕਰੋ ਆਪਣੇ ਆਪਸ਼ਨਸ ਨਾਲ ਜਿਹੜੇ ਕੀਵਰਡਸ ਜਿਹੜੇ ਆਪਸ਼ਨ ਦੇ ਨਾਲ ਸਾਰੇ ਕੀਵਰਡਸ ਆਪਣੇ ਮੈਚ ਹੋ ਰਹੇ ਹੋਣ ਉਹ ਹੀ ਆਨਸਰ ਲਾਵਾਂਗੇ ਆਪਾਂ ਦੱਸੋ ਜੀ ਕਿਹੜਾ ਆਪਸ਼ਨ ਹੋਊਗਾ ਆਪਣਾ ਆਨਸਰ ਫਾਸਟ ਐਵਰੀਵਨ गेस क्विकली लास्ट आंसर रह गया थोड़ी फुर्ती दिखाओ आप दे अंदर ਢਿੱਲੇ ਨਾ ਹੋ ਆਈ ਥਿੰਕ ਤੁਸੀਂ ਸਾਰੇ ਜਣੇ ਸੌਂ ਹੀ ਗਏ ਜਾਗੋ ਜਾਗੋ ਓਕੇ ਭਪਿੰਦਰ ਸਿੰਘ ਬੀ ਸੁਰਿੰਦਰ ਸਿੰਘ ਬੀ ਗ੍ਰੇਟ ਐਨੀ ਅਦਰ ਵਨ ਬਾਕੀ ਵੀ ਸਾਰੇ ਆਨਸਰ ਦਿਓ ਜੀ ओके अखिलेश सिंह बी सिमरेश सिंह बी वेरी गुड एनी अदर वन गुरजीत सिंह बी सो या अपना फोर्टीए क्वेश्चन आंसर जी डेफिनेटली आऊगा बी ऑप्शन बी ऑप्शन देखो अपना की है ट्राई टू फाइंड कनैक्शन बिटवीन लार्वल हाइट एंड एडल्ट वंस वो यही फाइंड करने की कोशिश कर रहा थी ना height, है ना भी लार्वल हाइट एडल्ट वनस का की कनैक्शन है ता करके अपना फोर्ट क्वेश्चन आंसर आया जी डेफिनेटली बी ऑप्शन क्लीयर सो विद दिस आर रीडिंग पैसेज ओवर ਸੋ ਜੇ ਆਪਾਂ ਇਹਦੇ ਲੈਵਲ ਦੀ ਗੱਲ ਕਰੀ ਤਾਂ ਇਹਦਾ ਲੈਵਲ ਜੀ ਮੈਂ ਮੋਡਰੇਟ ਕਹੂੰਗਾ ਠੀਕ ਹੈ ਜੀ ਸੋ ਇਹਦੇ ਵਿੱਚ ਕਈ मीनिंग्स ਐਵੇਂ ਦੇ ਸੀ ਜਿਹੜੇ ਆਪਾਂ ਨੂੰ ਨਹੀਂ ਪਤਾ ਹੁੰਦੇ ਕਈ ਵਾਰ ਸੋ ਉਹਨਾਂ मीनिंग्स ਕਰਕੇ ਹੀ ਮੈਂ ਇਹਨੂੰ ਮੋਡਰੇਟ ਲੈਵਲ ਦਊਂਗਾ ਸੋ ਆਈ ਹੋਪ ਤੁਹਾਡੇ ਵਧੀਆ ਸਕੋਰਸ ਆਏ ਹੋਣ ਇਸ ਪੈਸੇ ਦੇ ਵਿੱਚ ਤੇ ਮਿਲਦੇ ਆ ਤੁਹਾਨੂੰ ਦੁਬਾਰਾ ਕੱਲ ਐਟ 6:30 ਪੀਐਮ ਅਗੇਨ ਵਿਦ ਅ ਨਿਊ ਪੈਸੇਜ ਬਟ 올ਡ ਅਸ ਡੈਫੀਨਿਟਲੀ ਸੋ ठीक है जी सो विद दिस वी टर्मिनेट आर लाइव सेशन ओके सो भुपिंदर गॉट इलेवन दैट इज ऑल्सो वेरी गुड स्कोर भुपिंदर बट यू हैव टू ट्राई दैट इंप्रूवमेंट थोड़ी वदन स्कोर ठीक है जी वदन नहीं था कम से कम स्टेबल रहन बट इलेवन ऑल्सो इज वेरी गुड स्कोर ओके टोटल किन्ने क्वेश्चन ओके इलेवन और ट्वेल्व सुरिंदर वेरी गुड स्कोर दैट इज ऑल्सो वेरी गुड स्कोर ਸੋ ਮਿਲਿਆ ਤੁਹਾਨੂੰ ਕੱਲ ਸੋ ਟਿਲ ਟੂਮੋਰੋ ਕੀਪ 온 ਪ੍ਰੈਕਟਿਸਿੰਗ ਐਂਡ ਯੂ ਵਿਲ ਡੈਫੀਨਿਟਲੀ ਸਕਸੀਡ ਇਨ ਯਰ ਲਾਈਫ ਸੋ ਮਿਲਿਆ ਤੁਹਾਨੂੰ ਕੱਲ ਸਾਰਿਆਂ ਨੂੰ ਸੋ ਬਾਏ ਬਾਏ ਸੋ ਲਾਸਟ ਵਾਰ ਦੁਬਾਰਾ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਜਦੋਂ ਲਾਈਵ ਸੈਸ਼ਨ ਕੰਪਲੀਟ ਹੋ ਗਿਆ ਨਾ ਕਮੈਂਟ ਬਾਕਸ ਆਪਣਾ ਓਪਨ ਹੋ ਜਾਊਗਾ ਦੁਬਾਰਾ ਵੀਡੀਓ ਚਲਾ ਕੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸੋਨੇ ਸੋਨੇ ਹਾਰਟਸ ਭੇਜ ਦਿਓ ਜਾਂ ਕੋਈ ਵੀ ਸਜੈਸ਼ਨ ਦੇਣਾ ਹੋਏ ਸਜੈਸ਼ਨ ਦੇ ਦਿਓ ਕੋਈ ਵੀ ਕੰਪਲੀਮੈਂਟ ਦੇਣਾ ਹੋਏ ਯੂ نو ਕੰਪਲੀਮੈਂਟ ਦੇ ਸਕਦੇ ਹੋ ਤੁਸੀਂ ਸੋ ਬਾਏ ਬਾਏ एवरीवन ओके सिमर कैम्ब्रिज लेवल ਵੀ ਜਰੂਰ ਲੈ ਕੇ ਆਵਾਂਗੇ ਪਰ ਕੈਂਬ੍ਰिज ਦੀਆਂ ਸਾਰੀਆਂ ਰੀਡਿੰਗਸ ਆਪਾਂ ਇਸ ਚੈਨਲ ਤੇ ਸੋਲਵ ਕਰਵਾ ਚੁੱਕੇ ਆਂ ਦੂਸਰੇ ਸਰ ਨੇ ਕਰਵਾਈਆਂ ਸੀਗੀਆਂ ਸੋ ਕੈਂਬ੍ਰिज ਲੈਵਲ ਦੀ ਆਪਾਂ ਜਰੂਰ ਦੇਖ ਲਾਂਗੇ ਕੈਡੀ ਰੀਡਿੰਗ ਹੈ ਠੀਕ ਹੈ ਜੀ ਸੋ ਬਾਏ ਬਾਏ एवरीवन ਮਿਲਦੇ ਆਂ ਤੁਹਾਨੂੰ ਕੱਲ ਬਾਏ ਬਾਏ yes ਤੁਸੀਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ ਉਹਦੇ ਵਿੱਚ ਸਾਰੀਆਂ ਕੈਂਬਰੇਜ ਲੈਵਲ ਦੀਆਂ ਰੀਡਿੰਗਸ ਕਰਵਾਈਆਂ ਹੋਈਆਂ ਸੋ ਬਾਏ एवरीवन ਲਾਸਟ ਟਾਈਮ ਟੇਕ ਕੇਅਰ